देखो बहुत सारे स्टूडेंट लोन लेंदे ने, जमीना बेची जांदे ने, कर्जा ले रहे ने कैनेडा जाने वास्ते, और स्टिल दे आर नॉट एलिजिबल फॉर कैनेडा, एलिजिबल होंगे नहीं है। साढ़े पांच पांच बैंड्स से तुसी फाइल्स लगा रहे हो और कर्जे लेके जा रहे हो, एंड रिजल्ट की होंगे है रिफ्यूजल। सो आई विल रिक्वेस्ट ऑल द स्टूडेंट्स, कैनेडा लिए अप्लाई ना करो अगर तुहाडा बजट नहीं है, अगर तुहाडे बैंड्स नहीं आ रहे, क्योंकि अल्टीमेटली रिफ्यूजल आएगा। मान लो तुहाडे कोले कोई फाइल चेक करन वास्ते आंदा तां किन्ने क रुपये तुसी चार्ज लैंदे हो चेक करन? देखो चेकिंग दा असीं कुछ भी चार्ज नहीं करदे, बिकॉज वी आर एजुकेशनिस्ट, वी आर नॉट कंसल्टेंट। हुण रोज मर्रा दे विच मैं ऑलमोस्ट 40-50 जने नूं मिलदा और सारे मैनूं कहिंदे ने जी कैनेडा भेज दो। अब उहदे विच एलिजिबिलिटी दो चार भी नहीं हुंदे, रीजन बीइंग किसे कोल फंड्स नहीं हुंदे, किसे दा आइल्स नहीं क्लीयर हुंदा। सो दोनों चीज़ां दा सोल्यूशन असीं लैके आए हां स्पेन। अगर तुहाडे फंड्स नहीं ने रिक्वायर्ड, अगर तुहाडा 7 to 8 lakh दा बजट है, लैस दैन 6 बैंड्स आ रहे ने रिपीटेडली, या आइल्स नहीं भी कीता, गो फॉर स्पेन, डोंट गो फॉर कैनेडा। स्पेन दे विच बैटर अपॉर्चुनिटीज ने, जल्दी आइल्स तुसी अपना पीआर ले सकदे हो, उहदे विच बिजनेस स्टार्ट कर सकदे हो, 26 कंट्रियां घूम सकदे हो स्पेन दे वीजा दे नाल। ਆ ਸਾਰੇ ਵੀਜ਼ਾਸ ਨੇ ਜਿਹੜੇ ਸਾਡੇ ਰੀਸੈਂਟ ਵੀਜ਼ਾਸ, ਤੁਸੀਂ ਇਹ ਸਪੇਨ ਲਈ ਅਪਲਾਈ ਕਰ ਚੁੱਕੇ, ਸਪੇਨ ਆ ਚੁੱਕੇ ਨੇ ਸਾਡੇ ਵੀਜ਼ਾਸ, ਔਰ ਆ ਵੀ ਤੁਹਾਡੇ ਘਰ ਤੋਂ ਲੈ ਕੇ ਦਿੱਲੀ ਤੱਕ ਦਾ ਜੋ ਟਰਾਂਸਪੋਰਟੇਸ਼ਨ ਹੈ ਸਾਡੇ ਵੱਲੋਂ ਖਰਚਾ ਹੋਏਗਾ। ਉਸ ਤੋਂ ਬਾਅਦ ਜਦੋਂ ਤੁਸੀਂ ਉੱਥੇ ਲੈਂਡ ਕਰ ਗਏ ਸਪੇਨ ਦੇ ਵਿੱਚ, ਸਾਡਾ ਕਾਲਜ ਦੀ ਪਿਕਅਪ ਸਰਵਿਸ ਹੋਏਗੀ, ਤੁਹਾਨੂੰ ਜੌਬ ਦਿਲਵਾ ਕੇ, ਪਾਰਟ ਟਾਈਮ ਜੌਬ ਦਿਲਵਾਉਣਗੇ ਸਾਡੇ ਕਾਲਜ ਦੇ ਰਿਪ੍ਰੈਜੈਂਟੇਟਿਵ, ਉਸ ਤੋਂ ਬਾਅਦ ਤੁਹਾਡੀ ਸਟੱਡੀ ਸਟਾਰਟ ਹੋਣਗੀਆਂ। ਅਸੀਂ ਪਹੁੰਚੇ ਸੀ ਜਗਰਾਓਂ ਵਿਨ ਯੋਰ ਇੰਗਲਿਸ਼ ਦੇ ਵਿੱਚ, ਔਰ ਲਵਪ੍ਰੀਤ ਵਰਮਾ ਜੀ ਸਾਡੇ ਨਾਲ ਨੇ, ਪਹਿਲਾਂ ਵੀ ਅਸੀਂ ਇਹਨਾਂ ਦੀ ਇੱਕ ਇੰਟਰਵਿਊ ਕਰ ਚੁੱਕੇ ਹਾਂ, ਔਰ ਅੱਜ ਗੱਲ ਕਰਾਂਗੇ ਵੀ ਬੱਚੇ ਜੋ ਬਾਹਰ ਜਾਣਾ ਚਾਹੁੰਦੇ ਨੇ, ਖਾਸ ਕਰਕੇ ਕੈਨੇਡਾ ਜਾਣਾ ਚਾਹੁੰਦੇ ਨੇ, ਇੰਗਲੈਂਡ ਜਾਣਾ ਚਾਹੁੰਦੇ, ਅਮੈਰੀਕਾ ਜਾਣਾ ਚਾਹੁੰਦੇ ਨੇ, ਉਹ ਹੋੜ ਤਾਂ ਬਹੁਤ ਵਧੀਆ ਲੱਗੀ ਹੋਈ ਹੈ ਕਈ ਲੋਕਾਂ ਦੇ, ਜਿਨ੍ਹਾਂ ਦੇ ਬੈਂਡ ਬੱਚਿਆਂ ਦੇ ਬਹੁਤ ਵਧੀਆ ਨਹੀਂ ਆਉਂਦੇ, ਜਾਂ ਜਿਨ੍ਹਾਂ ਦਾ ਬਜਟ ਬਹੁਤ ਜ਼ਿਆਦਾ ਅੱਛਾ ਨਹੀਂ ਹੁੰਦਾ, ਅਤੇ ਉਹ ਕਿਹੜੀ ਕੰਟਰੀ ਨੂੰ ਚੂਜ਼ ਕਰਨ, ਜਦੋਂ ਕੈਨੇਡਾ ਦੇ ਲਈ ਤਾਂ ਕਾਫੀ ਮੁਸ਼ਕਿਲ ਹੁੰਦੀਆਂ ਹੋਣਗੀਆਂ। ਬਾਕੀ ਹੋਰ ਜਾਣਕਾਰੀ ਆਪਾਂ ਲਵਪ੍ਰੀਤ ਜੀ ਨੂੰ ਲਵਾਂਗੇ, ਜੋ ਕਾਫੀ ਅੱਛੇ ਤਰੀਕੇ ਨਾਲ, ਬਹੁਤ ਬਾਰੀਕੀ ਤਰੀਕੇ ਦੇ ਨਾਲ ਇਹਨਾਂ ਨੂੰ ਸਮਝਦੇ ਵੀ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਧੰਨਵਾਦ ਤੁਹਾਡੇ ਟੈਲੀਵਿਜ਼ਨ ਦਾ। ਲਵਪ੍ਰੀਤ ਜੀ, ਬਹੁਤ ਸਾਰੇ ਬੱਚੇ ਜਿਵੇਂ ਹੁਣ ਕੈਨੇਡਾ ਲਈ ਅਪਲਾਈ ਕਰਦੇ ਨੇ, ਬਜਟ ਵੀ ਉਨਾ ਨਹੀਂ ਹੁੰਦਾ, ਮਾਂ ਬਾਪ ਕਿਤੇ ਨਾ ਕਿਤੋਂ ਕਰਜ਼ਾ ਚੱਕ ਕੇ ਵੀ ਰੁਪਈਏ ਲਗਾ ਦਿੰਦੇ ਨੇ, ਔਰ ਆਈਲੈਸ ਦੀ ਗੱਲ ਕਰੀਏ ਤਾਂ ਬੈਂਡ ਵੀ ਕਈਆਂ ਦੇ ਉਨੇ ਨਹੀਂ ਆ ਪਾਉਂਦੇ, ਯਾਨੀ ਕਿ ਮੋਰ ਦੈਨ 6 ਜਿਹਨੂੰ ਕਹੀਏ ਜੋ ਐਲੀਜੀਬਲ ਨੇ ਕੈਨੇਡਾ ਦੇ ਲਈ, ਜਾਂ ਫਿਰ ਗੈਪ ਕਈ ਵਾਰ ਬਹੁਤ ਜ਼ਿਆਦਾ ਹੋ ਜਾਂਦਾ। ਔਰ ਕੈਨੇਡਾ ਦੀ ਅਗਰ ਗੱਲ ਕਰੀਏ, ਤੁਸੀਂ ਅਕਸਰ ਸੁਣਦੇ ਆ ਜੋ ਕੈਨੇਡਾ ਚਲੇ ਜਾਂਦੇ ਨੇ, ਅੱਛੀ ਕੰਟਰੀ ਹੈ, ਅਗਰ ਇਹੋ ਜਿਹੀ ਗੱਲ ਨਹੀਂ ਹੈ, ਪਰ ਵਰਕ ਜੋ ਬਹੁਤ ਮੁਸ਼ਕਿਲ ਨਾਲ ਮਿਲ ਰਿਹਾ ਅੱਜ ਦੇ ਟਾਈਮ ਦੇ ਵਿੱਚ, ਕੰਮ ਜਾ ਕੇ ਲੱਭਣਾ ਪੈਂਦਾ, ਬੜੀ ਪਰੇਸ਼ਾਨੀ ਬੱਚਿਆਂ ਨੂੰ ਆਉਂਦੀ ਹੈ, ਤਾਂ ਉਹਨਾਂ ਲਈ ਕੀ ਆਪਸ਼ਨ ਹੋਰ ਵਧੀਆ ਹੋ ਸਕਦਾ? ਦੇਖੋ ਮੈਂ ਕਹਾਂਗਾ ਕਿ ਜਿਹੜੇ ਸਟੂਡੈਂਟਸ ਦਾ ਬਜਟ ਘੱਟ ਹੈ, ਆਇਲਸ ਨਹੀਂ ਕਲੀਅਰ ਹੋਇਆ, ਜਾਂ ਆਇਲਸ ਨਹੀਂ ਦੇ ਸਕਦੇ, ਗੈਪ ਬਹੁਤ ਜ਼ਿਆਦਾ ਹੈ, ਸਪਾਊਸ ਨਾਲ ਜਾਣਾ ਚਾਹੁੰਦਾ ਹੈ, ਰਿਫਿਊਜ਼ਲਸ ਹੋ ਚੁੱਕੇ ਨੇ, ਤੁਸੀਂ ਸਪੇਨ ਜਾਓ, ਡੋਂਟ ਗੋ ਫੋਰ ਕੈਨੇਡਾ। ਕੈਨੇਡਾ ਸਿਰਫ ਉਹਨਾਂ ਨੂੰ ਜਾਣਾ ਚਾਹੀਦਾ ਜਿਨ੍ਹਾਂ ਕੋਲ 18 to 20 lakh ਖਰਚਾ ਕਰ ਸਕਦੇ ਨੇ। ਮੈਂ ਦੇਖ ਰਿਹਾ ਬਹੁਤ ਸਾਰੇ ਸਟੂਡੈਂਟਸ ਕਰਜ਼ਾ ਲੈ ਰਹੇ ਨੇ, ਆਪਣੀਆਂ ਜ਼ਮੀਨਾਂ ਵੇਚ ਰਹੇ ਨੇ ਕੈਨੇਡਾ ਜਾਣ ਪਿੱਛੇ, ਔਰ ਉਸ ਤੋਂ ਬਾਅਦ ਕੀ ਹੁੰਦਾ ਹੈ ਰਿਫਿਊਜ਼ਲ। ਬਹੁਤ ਸਾਰੇ ਸਟੂਡੈਂਟਸ 5:30 ਤੇ ਫਾਈਲਸ ਲਗਾਈ ਜਾ ਰਹੇ ਨੇ ਕੈਨੇਡਾ, ਜੋ ਕਿ ਅਲਟੀਮੇਟਲੀ ਰਿਫਿਊਜ਼ਲਸ ਆ ਰਹੇ ਨੇ। ਸੋ ਡੋਂਟ ਗੋ ਫੋਰ ਦਿਸ, ਗੋ ਸਪੇਨ। ਵਾਈ? ਕੁਆਲਿਟੀ ਐਜੂਕੇਸ਼ਨ ਇਜ਼ ਦੇਅਰ, ਲੋ ਬਜਟ ਇਜ਼ ਰਿਕੁਆਇਰਡ, ਲਿਵਿੰਗ ਐਕਸਪੈਂਸਿਸ ਬਹੁਤ ਥੋੜ੍ਹੇ ਨੇ, ਸੈਟਲਮੈਂਟ ਓਪਰਚੁਨਿਟੀਜ਼ ਬਹੁਤ ਜ਼ਿਆਦਾ ਨੇ, ਕ੍ਰਾਈਮ ਰੇਟ 0 ਹੈ। ਤੁਸੀਂ ਸਪੇਨ ਦਾ ਇਨਵਾਇਰਮੈਂਟ ਬਾਰੇ ਸਰਚ ਕਰੋ, ਯੂਟਿਊਬ 'ਤੇ ਵੀ ਚੈੱਕ ਕਰ ਸਕਦੇ ਹੋ। ਸਪੇਨ ਇਜ਼ ਦਾ ਵਨ ਆਫ ਦ ਬੈਸਟ ਕੰਟਰੀ ਇਨ ਯੂਰਪ, 26 ਕੰਟਰੀਜ਼ ਦੇ ਵਿੱਚ ਫਰੀਲੀ ਵਿਜ਼ਿਟ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਸਪੇਨ ਦਾ ਸਟੂਡੈਂਟ ਵੀਜ਼ਾ ਹੈ। ਅੱਛਾ ਜੀ, ਦੈਟ ਇਜ਼ ਨੋਟ ਈਵਨ ਪੋਸੀਬਲ ਵਿਦ ਕੈਨੇਡੀਅਨ ਸਟੂਡੈਂਟ ਵੀਜ਼ਾ। ਸੋ 26 ਕੰਟਰੀਆਂ ਦੇ ਵਿੱਚ ਟਰੈਵਲ ਕਰ ਸਕਦੇ ਹੋ, ਸੈਟਲਮੈਂਟ ਪਲਾਨਸ ਦੇਖ ਸਕਦੇ ਹੋ। ਸੋ ਜਿੰਨਾ ਸਟੂਡੈਂਟਸ ਦੇ 5.5 ਬੈਂਡ ਆਏ ਹੈ, 5 ਆਏ ਹੈ, ਜਾਂ ਨਹੀਂ ਆਇਲਸ ਦੇ ਸਕਦੇ, ਤੁਸੀਂ ਸਪੇਨ ਜ਼ਰੂਰ ਟਰਾਈ ਕਰੋ। ਬਹੁਤ ਅੱਛਾ ਸਕਸੈਸ ਰੇਟ ਹੈ ਸਪੇਨ ਦੇ ਵਿੱਚ, ਰਿਫਿਊਜ਼ਲ ਰੇਟ ਆਲਮੋਸਟ 0 ਹੈ।
ਸੋ ਇੰਨਾ ਅੱਛਾ ਸਕਸੈਸ ਰੇਟ ਹੈ। ਅਗਰ ਸਪੇਨ ਦਾ ਵੀਜ਼ਾ ਤੁਸੀਂ ਮੰਨ ਲਓ ਅਪਲਾਈ ਵੀ ਕਰਦੇ ਹੋ ਤਾਂ ਬਹੁਤ ਹੀ ਘੱਟ ਚਾਂਸ ਨੇ ਵੀ ਉਹ ਤੁਹਾਡਾ ਰਿਫਿਊਜ਼ਲ ਹੋ ਜਾਏਗਾ, ਕਿਉਂਕਿ ਇਹਦੇ ਵਿੱਚ ਜੋ ਐਲੀਜੀਬਿਲਟੀਜ਼ ਬਹੁਤ ਹੀ ਘੱਟ ਨੇ, ਨਾ ਤਾਂ ਤੁਹਾਨੂੰ ਆਈਲੈਸ ਦੀ ਜ਼ਰੂਰਤ ਹੈਗੀ ਹੈ, ਨਾ ਤੁਹਾਨੂੰ ਬਹੁਤ ਜ਼ਿਆਦਾ ਬਜਟ ਦੀ ਜ਼ਰੂਰਤ ਹੈ, ਨਾ ਕੋਈ ਇਹ ਹੈਗਾ ਵੀ ਗੈਪ ਬਹੁਤ ਜ਼ਿਆਦਾ ਤੁਸੀਂ ਨਹੀਂ ਲਗਾ ਸਕਦੇ, ਤਾਂ ਬਹੁਤ ਜ਼ਿਆਦਾ ਅੱਛਾ ਹੈ। ਔਰ ਇਨਵਾਇਰਮੈਂਟ ਵੀ ਬਹੁਤ ਅੱਛਾ ਹੈ, ਅਰਨਿੰਗ ਦਾ ਵੀ ਉੱਥੇ ਸੋਰਸ ਬਹੁਤ ਜ਼ਿਆਦਾ ਨੇ ਜੋ ਬਹੁਤ ਜਲਦੀ ਮਿਲਦੀ ਹੈ। ਔਰ ਸਭ ਤੋਂ ਵੱਡੀ ਗੱਲ ਜੋ ਲਪ੍ਰੀਤ ਜੀ ਨੇ ਦੱਸਿਆ, ਜੋ ਕੋਲਜਿਸ ਤੁਹਾਨੂੰ ਉੱਥੇ ਬੁਲਾ ਰਹੇ ਨੇ ਉਹ ਤੁਹਾਨੂੰ ਜੋਬ ਲਈ ਹੈਲਪ ਕਰਦੇ ਨੇ, ਪਹਿਲਾਂ ਤੁਹਾਨੂੰ ਜੋਬ ਅਪਲਾਈ ਕਰਵਾਉਂਦੇ ਨੇ, ਫਿਰ ਉਸ ਤੋਂ ਬਾਅਦ ਕਲਾਸਿਸ ਸ਼ੁਰੂ ਹੁੰਦੀਆਂ। ਸਰ ਇਹ ਗੱਲ ਸਹੀ ਹੈ? ਬਿਲਕੁਲ, ਉੱਥੇ ਤੁਹਾਨੂੰ ਪਿਕਅਪ ਸਰਵਿਸ, ਦੇਖੋ ਪਹਿਲਾਂ ਇੰਡੀਆ ਤੋਂ ਸਾਡੀ ਸਰਵਿਸ ਸਟਾਰਟ ਹੋ ਜਾਂਦੀ ਹੈ ਫਰੋਮ ਯੂਅਰ ਪਲੇਸ ਟਿਲ ਦਿੱਲੀ ਏਅਰਪੋਰਟ, ਅਸੀਂ ਵੀ ਵਿਲ ਨੋਟ ਚਾਰਜ ਐਨੀਥਿੰਗ, ਤੁਹਾਨੂੰ ਫਰੀ ਡਰੋਪ ਸਰਵਿਸ ਹੋਏਗੀ। ਤੁਸੀਂ ਸਪੇਨ ਪਹੁੰਚ ਗਏ, ਉੱਥੋਂ ਪਿਕਅਪ ਸਰਵਿਸ ਸਾਡੇ ਕਾਲਜ ਦੀ ਹੋਏਗੀ, ਪ੍ਰੋਪਰ ਉੱਥੇ ਤੁਹਾਡਾ ਰੈਜ਼ਮੇ ਪ੍ਰੈਪਰੇਸ਼ਨ, ਇੰਟਰਵਿਊ ਪ੍ਰੈਪਰੇਸ਼ਨ, ਸਪੈਨਿਸ਼ ਕਲਾਸਿਸ, ਉੱਥੋਂ ਦਾ ਟੂਰ ਫਰੀ ਮਿਲੇਗਾ, ਅਕੋਮੋਡੇਸ਼ਨ ਸਰਵਿਸਿਸ ਦੇ ਵਿੱਚ ਹੈਲਪ ਮਿਲੇਗੀ, ਪ੍ਰੋਪਰ ਤੁਹਾਨੂੰ ਹਰ ਚੀਜ਼ ਦੀ ਸਰਵਿਸ ਹੋਏਗੀ। ਤੁਹਾਡੇ ਕੋਲ ਇੱਕ ਰਿਪ੍ਰੈਜੈਂਟੇਟਿਵ ਹੋਏਗਾ ਜਿਸ ਨੂੰ ਤੁਸੀਂ ਹਰ ਚੀਜ਼ ਦੀ ਗੱਲਬਾਤ ਕਰ ਸਕਦੇ ਹੋ। ਵੀਜ਼ਾ ਸਰਵਿਸਿਸ ਉੱਥੇ ਤੁਹਾਨੂੰ ਉੱਥੇ ਹੈਲਪ ਮਿਲੇਗੀ। ਮੈਂ ਤੁਹਾਨੂੰ ਆਪਣੇ ਜੋ ਰੀਸੈਂਟ ਸਪੇਨ ਦੇ ਵੀਜ਼ਾਜ਼ ਆ ਉਹ ਵੀ ਦਿਖਾਉਣਾ ਚਾਹਾਂਗਾ, ਜੋ ਕਿ ਹੁਣੇ ਰੀਸੈਂਟ ਹੈ। ਲਵਪ੍ਰੀਤ ਸਿੰਘ ਸਟੂਡੈਂਟ ਸੀ ਜਿਨ੍ਹਾਂ ਜਿਹੜੇ ਹੁਣ ਸਪੇਨ ਜਾ ਚੁੱਕੇ ਨੇ, ਇਹਨਾਂ ਦਾ ਬਹੁਤ ਅੱਛਾ, ਇਹਨਾਂ ਦਾ ਗੈਪ ਵੀ ਸੀ, ਇਹਨਾਂ ਦਾ ਕੈਨੇਡਾ ਰਿਫਿਊਜ਼ਲ ਵੀ ਸੀ, ਇਹਨਾਂ ਦਾ ਬੇਸਿਕਲੀ ਜੋ ਬਜਟ ਸੀ ਉਹ ਘੱਟ ਸੀ, ਐਂਡ ਹੀ ਇਜ਼ ਵੈਰੀ ਹੈਪੀ ਓਵਰ। ਆ ਸਾਰੇ ਵੀਜ਼ਾਜ਼ ਨੇ ਜਿਹੜੇ ਸਾਡੇ ਰੀਸੈਂਟ ਵੀਜ਼ਾਜ਼, ਤੁਸੀਂ ਇਹ ਸਪੇਨ ਲਈ ਅਪਲਾਈ ਕਰ ਚੁੱਕੇ, ਸਪੇਨ ਆ ਚੁੱਕੇ ਨੇ ਸਾਡੇ ਵੀਜ਼ਾਜ਼ ਔਰ ਆ ਵੀ ਰਹੇ ਨੇ। ਆਉਣ ਵਾਲਾ ਜਿਹੜਾ ਸੈਸ਼ਨ ਹੈ ਜੀ ਉਹ ਫੈਬਰੀ ਸੈਸ਼ਨ ਹੈ, ਜਨਵਰੀ ਤੱਕ ਮੋਸਟਲੀ ਵੀਜ਼ਾਜ਼ ਆ ਜਾਣੇ ਹੈ। ਜਿਹੜੇ ਜਿਹੜੇ ਕੈਂਡੀਡੇਟ ਚਾਹੁੰਦੇ ਨੇ ਅਪਲਾਈ ਕਰਨਾ, ਮੋਸਟ ਵੈਲਕਮ। ਸਾਨੂੰ ਤੁਸੀਂ ਸਾਡੇ ਫੋਨ ਨੰਬਰ ਤੇ, ਈਮੇਲ ਤੇ ਸਾਨੂੰ ਆਪਣੇ 10th ਪਲੱਸ 2 ਗ੍ਰੈਜੂਏਸ਼ਨ ਜਾਂ ਜੋ ਵੀ ਤੁਹਾਡੇ ਐਜੂਕੇਸ਼ਨਲ ਡਾਕੂਮੈਂਟਸ ਹੈ, ਆਇਲਸ ਦਿੱਤਾ ਤਾਂ ਪਲੱਸ ਪੁਆਇੰਟ ਹੈ, ਤੁਸੀਂ ਸਾਰੇ ਡਾਕੂਮੈਂਟ ਸਾਨੂੰ ਸੈਂਡ ਕਰੋ 7973160270, ਔਰ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ, ਜਿਸ ਨਾਲ ਅਸੀਂ ਤੁਹਾਨੂੰ ਫਰਦਰ ਗਾਈਡੈਂਸ ਪ੍ਰੋਵਾਈਡ ਕਰੀਏ। ਬਜਟ ਦੀ ਗੱਲ ਕਰੀਏ, ਕਿੰਨੇ ਜਿਵੇਂ ਹੁਣ ਕੈਨੇਡਾ ਜਾਣ ਵਾਸਤੇ ਘੱਟੋ ਘੱਟ 25-30 ਲੱਖ ਰੁਪਏ ਮੈਨੂੰ ਲੱਗਦਾ, ਔਰ ਕੈਨੇਡਾ ਦੀ ਮੈਨੂੰ ਲੱਗਦਾ ਫਲਾਈਟ ਦਾ ਵੀ ਰੇਟ ਕਾਫੀ ਅਪ ਹੋ ਚੁੱਕਿਆ ਹੈ, 3 ਲੱਖ ਰੁਪਏ ਮੈਨੂੰ ਲੱਗਦਾ ਸ਼ਾਇਦ ਹੁਣ ਰੀਸੈਂਟ ਲੱਗ ਰਿਹਾ ਜੋ ਕੈਨੇਡਾ ਜਾਣਾ ਚਾਹੁੰਦੇ ਨੇ, ਪਰ ਇੱਥੇ ਕਿੰਨੇ ਕੁ ਰੁਪਏ ਲੱਗਦੇ ਨੇ, ਕਿੰਨਾ ਕੁ ਬਜਟ ਚਾਹੀਦਾ ਹੋਏਗਾ? ਦੇਖੋ ਸਪੇਨ ਵਾਸਤੇ ਬਹੁਤ ਥੋੜੇ ਬਜਟ ਦੀ ਜ਼ਰੂਰਤ ਹੈ, 8 ਲੱਖ ਦੇ ਵਿੱਚ ਤੁਸੀਂ ਸਪੇਨ ਪਹੁੰਚ ਜਾਂਦੇ ਹੋ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਫੀਸ ਇੰਕਲੂਡਡ ਹੈ, 1 ਈਅਰ ਫੀਸ ਇਜ਼ ਆਲਰੇਡੀ ਇੰਕਲੂਡਡ, ਪਿਕਅਪ ਸਰਵਿਸਿਜ਼ ਆਰ ਦੇਅਰ, ਅਕੋਮੋਡੇਸ਼ਨ ਹੈਲਪ ਇਜ਼ ਦੇਅਰ, ਰੈਜ਼ਮੇ ਪ੍ਰੈਪਰੇਸ਼ਨ, ਤੁਹਾਨੂੰ ਜੋਬ ਦੇ ਲਈ ਤਿਆਰ ਕਰਨਾ, ਜੋਬ ਦਿਲਵਾਉਣ ਤੱਕ ਸਪੈਨਿਸ਼ ਕਲਾਸਿਸ, ਉਹ ਪ੍ਰੋਪਰ ਸਾਰੀ ਜੋ ਇਮੀਗ੍ਰੇਸ਼ਨ ਹੈਲਪ ਹੈ ਉਹ ਸਾਰਾ ਕੁਛ ਇੰਕਲੂਡਡ ਹੈ। 8 ਲੱਖ ਇੰਡੀਅਨ ਕਿੰਨੇ ਕੁ ਗਏ ਹੋਏ ਨੇ, ਕਿਉਂਕਿ ਜਦੋਂ ਇੰਡੀਆ ਤੋਂ ਲੋਕ ਜਾਂਦੇ ਨੇ ਜਾਂ ਪੰਜਾਬ ਤੋਂ ਜਾਂਦੇ ਨੇ ਤਾਂ ਉਹਨਾਂ ਦੇ ਮਨ 'ਚ ਇਹ ਵੀ ਰਹਿੰਦਾ ਵੀ ਉੱਥੇ ਇੰਡੀਅਨ ਪਹਿਲਾਂ ਹੈਗੇ ਨੇ, ਪੰਜਾਬੀ ਹੈਗੇ ਨੇ ਜਾਂ ਨਹੀਂ ਹੈਗੇ? ਦੇਖੋ ਸਪੇਨ ਦੇ ਵਿੱਚ ਅਗਰ ਤੁਸੀਂ ਸਰਚ ਕਰੋ ਇੰਟਰਨੈਟ 'ਤੇ ਵੀ, 1990 ਤੋਂ ਸਪੇਨ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਜਾਣਾ ਜਿਹੜਾ ਸਟੂਡੈਂਟਸ ਦਾ, ਇਮੀਗ੍ਰੈਂਟਸ ਦਾ, ਔਰ ਦੁਆਬਾ ਏਰੀਆ ਤਾਂ ਬਹੁਤ ਜ਼ਿਆਦਾ ਹੈ ਜਿਹੜਾ ਸਪੇਨ ਦੇ ਵਿੱਚ ਹੈ। ਪੰਜਾਬ ਦੇ ਵਿੱਚ ਅਗਰ ਤੁਸੀਂ ਸਰਚ ਕਰੋਗੇ ਯੂ ਵਿਲ ਫਾਈਂਡ ਹਿਊਜ ਇੰਡੀਅਨ ਕਮਿਊਨਿਟੀ ਓਵਰ ਦੇਅਰ, ਬਹੁਤ ਲੋਕਾਂ ਨੇ ਰੈਸਟੋਰੈਂਟ। ਅੱਛਾ ਇੱਕ ਹੋਰ ਚੀਜ਼ ਤੁਹਾਨੂੰ ਦੱਸਦਾ, ਸਪੇਨ ਦੇ ਵਿੱਚ ਜਦੋਂ ਤੁਹਾਨੂੰ ਸਟੱਡੀ ਤੋਂ ਬਾਅਦ 1 ਸਾਲ ਦਾ ਜੋਬ ਸਰਚ ਵੀਜ਼ਾ ਮਿਲਦਾ ਹੈ, ਅਗਰ ਤੁਸੀਂ ਉਹਦੇ ਵਿੱਚ ਆਪਣਾ ਬਿਜ਼ਨਸ ਸੈਟਅਪ ਕਰ ਲੈਂਦੇ ਹੋ ਤਾਂ ਤੁਹਾਨੂੰ PR ਬਹੁਤ ਜਲਦੀ ਮਿਲ ਜਾਂਦੀ ਹੈ। ਇੱਕ ਸਾਡਾ ਸਟੂਡੈਂਟ ਸੀਗਾ ਜਿਸ ਨੂੰ ਪੀਜ਼ਾ ਦਾ ਕੰਮ ਆਉਂਦਾ ਸੀ, ਪੀਜ਼ਾ ਬਣਾਉਣਾ ਜਾਣਦਾ ਸੀਗਾ, ਉਹਨੇ ਸਪੇਨ ਸਟੱਡੀ ਤੋਂ ਬਾਅਦ ਉੱਥੇ ਪੀਜ਼ਾ ਹੱਟ ਖੋਲ੍ਹ ਲਿੱਤਾ, ਔਰ ਹੀ ਇਜ਼ ਏ ਮਿਲੀਅਨਰ ਨਾਓ ਡੇਜ਼, ਬੈਟਰ ਦੈਨ ਕੈਨੇਡਾ, ਕੈਨੇਡਾ ਤੋਂ ਵੀ ਵਧੀਆ ਉਹਨੇ ਸੈਟਅਪ ਕਰ ਚੁੱਕਾ ਹੈ। ਤੁਸੀਂ ਆਪਣੀ PR ਲੈ ਸਕਦੇ ਹੋ, ਆਪਣੇ ਬਿਜ਼ਨਸ ਵੀਜ਼ਾ 'ਚ ਕਨਵਰਟ ਕਰ ਸਕਦੇ ਹੋ, ਜੋਬ ਸਰਚ ਵੀਜ਼ਾ ਤੋਂ ਬਾਅਦ ਤੁਹਾਨੂੰ ਅਗਰ ਕੋਈ ਕੰਪਨੀ ਦੇ ਵਿੱਚ ਰਿਲੇਟਡ, ਹੁਣ ਦੇਖੋ ਬਹੁਤ ਵੱਡੀ ਵੱਡੀ ਕੰਪਨੀਜ਼ ਨੇ ਜਿਹੜੀਆਂ ਸਪੇਨ 'ਚ ਇਨਵੈਸਟ ਕਰ ਰਹੀਆਂ ਨੇ, ਤੁਸੀਂ ਨੈੱਟ 'ਤੇ ਸਰਚ ਕਰੋ, ਇਟ ਇਜ਼ ਗੋਇੰਗ ਟੂ ਬੀ ਦਾ ਨੈਕਸਟ ਸਿਲੀਕਨ ਵੈਲੀ, ਜਿਸ ਤਰ੍ਹਾਂ US ਦੇ ਵਿੱਚ ਸਿਲੀਕਨ ਵੈਲੀ, ਇੱਦਾਂ ਹੀ ਗੂਗਲ ਇਨਵੈਸਟ ਕਰ ਰਿਹਾ ਹੈ, ਬੈਂਕ ਆਫ ਅਮੈਰੀਕਾ ਇਨਵੈਸਟ ਕਰ ਰਿਹਾ ਹੈ, ਅਮੈਰੀਕਨ ਐਕਸਪ੍ਰੈਸ ਕਰ ਰਿਹਾ ਹੈ, ਬਹੁਤ ਵੱਡੇ ਵੱਡੇ ਬ੍ਰਾਂਡਸ ਨੇ ਜਿਹੜੇ ਸਪੇਨ ਦੇ ਵਿੱਚ ਇਨਵੈਸਟ ਕਰ ਰਹੇ ਨੇ, ਔਰ ਇਸੇ ਕਰਕੇ ਇਸੇ ਚੀਜ਼ ਦੇ ਸਦਕਾ ਉੱਥੋਂ ਦੇ ਬੱਚਿਆਂ ਨੂੰ ਇੰਟਰਨਸ਼ਿਪ ਜਲਦੀ ਮਿਲ ਰਹੀ ਹੈ, ਜੋਬ ਜਲਦੀ ਮਿਲ ਰਹੀ ਹੈ, ਸੋ ਸੈਟਲਮੈਂਟ ਓਪਰਚੁਨਿਟੀਜ਼ ਬਹੁਤ ਜ਼ਿਆਦਾ ਨੇ। ਜੇ ਤੁਸੀਂ ਕੈਨੇਡਾ ਨਾਲ ਕੰਪੇਅਰ ਕਰੋ, ਕੈਨੇਡਾ ਤਾਂ ਚਾਹੇ ਤੁਸੀਂ ਇੱਥੋਂ MA ਜਾਂਦੇ ਹੋ, PhD ਜਾਂਦੇ ਹੋ, ਉੱਥੇ ਫੈਕਟਰੀਆਂ 'ਚ ਹੀ ਤੁਹਾਨੂੰ ਧੱਕੇ ਖਾਣੇ ਪੈਂਦੇ ਨੇ, ਫੈਕਟਰੀਆਂ ਜੋਬਾਂ ਮਿਲਦੀਆਂ, ਬਰੌਨੀਜ਼ ਪੈਕ ਕਰੋ, ਪੈਕਿੰਗ ਵਰਕ ਮਿਲਦਾ, ਬਟ ਅਗਰ ਤੁਸੀਂ ਸਪੇਨ ਦੀ ਇੰਪਲੋਇਬਿਲਟੀ ਚੈੱਕ ਕਰੋ, ਯੂ ਵਿਲ ਗੈਟ ਬੈਟਰ ਜੋਬਸ। ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹੁੰਦਾ, ਤੁਸੀਂ ਨੇ ਤੁਹਾਡਾ ਜਿਹੜਾ
ਬਿਲਕੁਲ ਕਲੋਜ਼ ਕੋਈ ਫਰੈਂਡ ਹੈ ਜਿਹੜਾ ਕੈਨੇਡਾ ਗਿਆ ਹੋਵੇ ਰੀਸੈਂਟ, ਉਹਨੂੰ ਕਦੇ ਕਾਲ ਕਰਕੇ ਪੁੱਛਿਓ ਵੀ ਯਾਰ ਅੰਦਰ ਦੀ ਗੱਲ ਦੱਸ ਵੀ ਕੈਨੇਡਾ ਦੇ ਵਿੱਚ ਕੰਮ ਮਿਲਦਾ ਕਿ ਨਹੀਂ ਮਿਲਦਾ। ਤਾਂ ਮੈਨੂੰ ਨਹੀਂ ਲੱਗਦਾ, ਕਿਉਂਕਿ ਮੇਰੇ ਖੁਦ ਦੇ ਰਿਲੇਟਿਵ ਗਏ ਹੋਏ ਨੇ ਅਤੇ ਵੀਡੀਓ ਕਾਲ ਕਰ ਰਹੇ ਸੀ ਅਤੇ ਮੈਂ ਕਿਹਾ ਯਾਰ ਇਹ ਕੀ ਹਾਲ ਬਣਾਇਆ ਹੋਇਆ, ਕਹਿੰਦਾ ਵੀਰੇ ਇੱਥੇ ਕੰਮ ਐਵੇਂ ਹੀ ਕਰਨਾ ਪੈਂਦਾ। ਤਾਂ ਬਹੁਤ ਮੁਸ਼ਕਿਲ ਹੈ ਯਾਰ, ਇੰਨੇ ਰੁਪਈਏ ਪਹਿਲਾਂ ਲਗਾਓ, 25-30 ਲੱਖ ਰੁਪਈਏ ਆਪਾਂ ਲਗਾਉਂਦੇ ਹਾਂ, ਕਈ ਲੋਕ ਕਰਜ਼ਾ ਚੱਕ ਕੇ ਲਗਾਉਂਦੇ ਨੇ, ਔਰ ਇੰਨੀ ਮੁਸ਼ਕਿਲ ਨਾਲ ਭਜਾ ਕੇ ਵੀ ਫਿਰ ਇਸ ਤਰ੍ਹਾਂ ਦੇ ਵਰਕ ਵੀ ਨਹੀਂ ਮਿਲਦੇ। ਔਰ ਸਪੇਨ ਦੇ ਵਿੱਚ ਕਹਿੰਦੇ ਵਰਕ ਬਹੁਤ ਅੱਛਾ ਮਿਲਦਾ। ਇੱਕ ਗੱਲ ਹੋਰ ਸਰ, ਕੋਈ ਜਿਵੇਂ ਏਜ ਇਹਨਾਂ ਦੀ ਜ਼ਿਆਦਾ ਹੋ ਗਈ, ਜਿਵੇਂ ਮੇਰੀ ਏਜ 35+ ਹੋ ਗਈ, ਵੀ ਉਹ ਵੀ ਇਸ 'ਤੇ ਕਰ ਸਕਦੇ ਨੇ? ਦੇਖੋ ਐਲੀਜੀਬਿਲਟੀ, ਯੈਸ ਦੇਰ ਇਜ਼ ਨੋ ਕ੍ਰਿਟੇਰੀਆ, ਗੌਰਮੈਂਟ ਦੀ ਐਸੀ ਗਾਈਡਲਾਈਨ ਕਿ ਤੁਸੀਂ ਨਹੀਂ ਅਪਲਾਈ ਕਰ ਸਕਦੇ, ਤੁਸੀਂ ਕਰ ਸਕਦੇ ਹੋ, ਬਟ ਸਾਨੂੰ ਡਾਕੂਮੈਂਟ ਐਨਾਲਾਈਜ਼ ਕਰਨੇ ਪੈਂਦੇ ਨੇ ਫਸਟ ਆਫ ਆਲ ਕਿ ਤੁਹਾਡਾ ਕੀ ਹਿਸਟਰੀ ਹੈ, ਵਰਕ ਹਿਸਟਰੀ ਕੀ, ਐਜੂਕੇਸ਼ਨ, ਉਸ ਤੋਂ ਬਾਅਦ ਅਸੀਂ ਕਰ ਪਾਵਾਂਗੇ। ਸਪੇਨ ਤੁਸੀਂ ਨੈੱਟ 'ਤੇ ਅਗਰ ਚੈੱਕ ਕਰੋ, ਬਹੁਤ ਲਾਈਵਲੀ ਸਿਟੀ ਹੈ, ਤੁਸੀਂ ਫੀਲ ਕਰੋਗੇ ਕਿ ਯੂ ਵਿਲ ਬੀ ਇਨ ਦਾ ਹੈਵਨ ਕਾਈਂਡ ਆਫ ਇਨਵਾਇਰਮੈਂਟ। ਕੰਮ ਵੀ ਲਾਈਵਲੀ ਹੈ, ਬਹੁਤ ਸਾਰੇ ਸਾਡੇ ਜਿਹੜੇ ਸਟੂਡੈਂਟਸ ਹੈ ਉਹਨਾਂ ਨੂੰ ਪਿਜ਼ਾ ਹੱਟ, ਬਰਗਰਸ ਔਰ ਫੂਡ ਸ਼ਾਪਸ, ਕੈਫੇਟੇਰੀਆਜ਼, ਈਜ਼ਲੀ ਜੋਬਸ ਅਵੇਲੇਬਲ ਮਿਲ ਜਾਂਦੀਆਂ ਨੇ। ਆਲਮੋਸਟ 10 ਯੂਰੋ ਦੇ ਨੇੜ ਘੰਟੇ ਦੀ ਉਹ ਅਰਨਿੰਗ ਕਰ ਸਕਦੇ ਹੈ। ਡਿਊਰਿੰਗ ਐਜੂਕੇਸ਼ਨ ਯੂ ਕੈਨ ਵਰਕ ਲੀਗਲੀ 20 ਆਵਰਸ ਇਨ ਅ ਵੀਕ, ਔਰ ਹੋਲੀਡੇਜ਼ ਦੇ ਵਿੱਚ 40 ਆਵਰਸ ਇਨ ਅ ਵੀਕ ਕਰ ਸਕਦੇ ਹੋ। ਜਦੋਂ ਤੁਹਾਡੇ ਕੋਲ ਜੋਬ ਵਰ ਸਰਚ ਵੀਜ਼ਾ ਮਿਲ ਗਿਆ, ਫੁੱਲ ਟਾਈਮ ਜੋਬ ਹੋ ਗਈ, ਫਿਰ ਤਾਂ ਤੁਸੀਂ ਗੱਲਾਂ ਹੀ ਕਰਦੀਆਂ, ਤੁਸੀਂ ਯੂ ਕੈਨ ਅਰਨ ਲੋਟਸ ਆਫ ਮਨੀ, ਹਿਊਜ ਪੋਟੈਂਸ਼ੀਅਲ ਇਜ਼ ਦੇਅਰ। ਅਸੀਂ ਇਸੇ ਲਈ ਸਪੇਨ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ, ਹੋਰ ਕੋਈ ਯੂਰੋਪੀਅਨ ਕੰਟਰੀ ਅਸੀਂ ਕਿਉਂ ਨਹੀਂ ਪ੍ਰਮੋਟ ਕੀਤੀ। ਅਸੀਂ ਸਾਰਾ ਐਨਾਲਿਸਿਸ ਕੀਤਾ ਕਿ ਕਿਹੜੀ ਕੰਟਰੀ ਸਕੋਪ ਜ਼ਿਆਦਾ ਹੈ, ਕਿੱਥੇ ਤੁਸੀਂ ਪੜ੍ਹ ਸਕਦੇ ਹੋ, ਕਿੱਥੇ ਤੁਸੀਂ ਸੈਟਲ ਹੋ ਸਕਦੇ ਹੋ। ਸਪੇਨ ਇਜ਼ ਦਾ ਬੈਸਟ ਡੈਸਟੀਨੇਸ਼ਨ ਟੂ ਸੈਟਲ, ਐਜੂਕੇਸ਼ਨ ਦੇ ਲਿਹਾਜ਼ ਨਾਲ ਦੇਖੀਏ, ਸੈਟਲਮੈਂਟ ਜਾਂ ਫੈਮਿਲੀ ਦੇ ਲਿਹਾਜ਼ ਨਾਲ ਦੇਖੀਏ। ਕੋਰਸਿਸ ਕਿਹੜੇ ਕਿਹੜੇ ਪ੍ਰੋਵਾਈਡ ਉੱਥੇ ਹੋ ਜਾਂਦੇ ਨੇ ਆਫਟਰ ਗ੍ਰੈਜੂਏਸ਼ਨ ਜਾਂ ਆਫਟਰ ਪਲੱਸ ਟੂ? ਜਿਸਨੇ MBA ਕਰਨੀ ਹੋਵੇ ਤਾਂ ਉਹਦੀ ਫੀਸ ਸਟ੍ਰਕਚਰ ਤੁਹਾਡੇ ਕੋਲ ਕੁਛ ਹੈਗੇ ਨੇ ਉਸ ਤਰ੍ਹਾਂ? ਬਿਲਕੁਲ, ਸਾਡੇ ਕੋਲ ਦੇਖੋ ਵੇਰੀਅਸ ਯੂਨੀਵਰਸਿਟੀਜ਼ ਆਰ ਅਵੇਲੇਬਲ, ਬੈਚਲਰ ਕੋਰਸਿਸ ਨੇ, ਮਾਸਟਰ ਕੋਰਸਿਸ ਨੇ ਜਿਹੜੇ ਅਵੇਲੇਬਲ ਹੈਗੇ ਹੈ। ਮਾਸਟਰ ਕੋਰਸਿਸ ਦੇ ਵਿੱਚ ਇੱਕ ਹੋਰ ਬਿਹਤਰੀਨ ਚੀਜ਼ ਕੀ ਹੈ ਕਿ ਸਾਡਾ UK ਦੀ ਯੂਨੀਵਰਸਿਟੀ ਆਫ ਚੈਚੈਸਟਰ ਐਂਡ ਅਦਰ ਯੂਨੀਵਰਸਿਟੀਜ਼ ਨਾਲ ਸਾਡਾ ਡਾਇਰੈਕਟ ਆਏ ਅਪ ਹੈ। ਹੁਣ MBA ਜਿਹੜੀ UK ਤੋਂ ਐਫੀਲੇਟਡ ਹੈ, UK ਦੀ ਡਿਗਰੀ ਮਿਲੇਗੀ, ਪੈਸੇ ਤੁਹਾਨੂੰ ਸਪੇਨ ਦੇ ਅਕੋਰਡਿੰਗ ਹੀ ਪੇ ਕਰਨੇ ਪੈਣਗੇ। 1 ਸਾਲ ਤੁਸੀਂ ਸਪੇਨ 'ਚ ਪੜ੍ਹੋ, 6 ਮਹੀਨੇ ਤੁਸੀਂ UK ਪੜ੍ਹੋ, ਐਂਡ ਯੂ ਵਿਲ ਹੈਵ ਅ ਸੈਟਲਮੈਂਟ ਓਪਰਚੁਨਿਟੀਜ਼ ਐਜ਼ ਵੈਲ ਓਵਰ ਦੇ। ਸਪੇਨ ਦੇ ਵਿੱਚ ਸਟੱਡੀ ਕਰਨੀ ਹੈ ਔਰ ਜੋ ਤੁਹਾਨੂੰ ਡਿਗਰੀ ਮਿਲਣੀ ਹੈ ਉਹ UK ਦੀ ਮਿਲ ਜਾਣੀ ਹੈ? ਯੈਸ, ਜਿਹੜਾ ਸਾਡਾ UK ਦਾ ਟਾਈ ਅਪ ਹੈ ਉਹ ਅਗਰ ਉਹਦੇ ਅੰਡਰ ਪੜ੍ਹਦੇ ਹੋ ਤਾਂ ਤੁਹਾਨੂੰ UK ਦੀ ਡਿਗਰੀ ਮਿਲੇਗੀ। ਸਟੱਡੀ ਤੁਸੀਂ ਸਪੇਨ 'ਚ ਕਰੋਗੇ ਜਿਹੜੀ ਕਿ ਵਰਲਡ ਰੈਂਕਿੰਗ ਹੋਏਗੀ, ਔਰ ਸਪੇਨ ਇਜ਼ ਐਨ ਐਜੂਕੇਸ਼ਨਲ ਹੱਬ, IT ਹੱਬ ਬਣ ਰਿਹਾ ਹੈ। ਆਉਣ ਵਾਲੇ ਸਮੇਂ 'ਚ ਅਸੀਂ ਜਿਹੜੇ ਸਟੂਡੈਂਟਸ ਦਾ ਬਜਟ ਘੱਟ ਹੈ, ਆਇਲਸ ਬਾਰ ਬਾਰ ਦੇ ਰਹੇ ਨੇ ਫਿਰ ਵੀ ਨਹੀਂ ਆ ਰਹੇ, ਮੈਂ ਰਿਕਮੈਂਡ ਕਰਾਂਗਾ ਸਪੇਨ ਜ਼ਰੂਰ ਟਰਾਈ ਕਰੋ, ਆਪਣਾ ਭਵਿੱਖ ਖਰਾਬ ਨਾ ਕਰੋ। ਇੰਡੀਆ 'ਚ ਹੀ 2-2-3-3 ਸਾਲ ਆਇਲਸ ਨਾ ਕਰਦੇ ਰਹੋ, ਇਨਸਟੈਡ ਆਫ ਗੋਇੰਗ ਨੋ ਵੇਅਰ ਯੂ ਸ਼ੁੱਡ ਅਪਲਾਈ ਸਪੇਨ, ਐਂਡ ਯੂ ਵਿਲ ਡੈਫੀਨੇਟਲੀ ਫੀਲ ਕਿ ਤੁਹਾਡਾ ਭਵਿੱਖ ਸਪੇਨ ਦੇ ਵਿੱਚ ਬਣੇਗਾ, ਯੂ ਵਿਲ ਫੀਲ ਇਟ। ਤੁਹਾਡੀ ਫੀ ਕਿੰਨੀ ਕੁ ਹੁੰਦੀ ਹੈ? ਮੰਨ ਲਓ ਤੁਹਾਡੇ ਕੋਲ ਕੋਈ ਫਾਈਲ ਚੈੱਕ ਕਰਨ ਵਾਸਤੇ ਆਉਂਦਾ ਤਾਂ ਕਿੰਨੇ ਕੁ ਰੁਪਏ ਤੁਸੀਂ ਚਾਰਜ ਲੈਂਦੇ ਚੈੱਕ ਕਰਨ? ਦੇਖੋ, ਚੈਕਿੰਗ ਦਾ ਅਸੀਂ ਕੁਛ ਵੀ ਚਾਰਜ ਨਹੀਂ ਕਰਦੇ, ਬਿਕੋਜ਼ ਵੀ ਆਰ ਐਜੂਕੇਸ਼ਨਿਸਟ, ਵੀ ਆਰ ਨੋਟ ਕੰਸਲਟੈਂਟ। ਹੁਣ ਮੈਂ ਆਪਣੇ ਜੋ ਆਈ ਡਿਡ ਮਾਈ ਮਾਸਟਰਸ ਫਰੋਮ ਹੰਬਰ ਕਾਲਜ ਟੋਰਾਂਟੋ, ਮੈਂ PhD ਕਰ ਰਿਹਾ, ਅਸੀਂ ਹਮੇਸ਼ਾ ਬੱਚੇ ਦੇ ਭਵਿੱਖ ਦੀ ਗੱਲ ਕਰਦੇ ਹਾਂ, ਇਸ ਲਈ ਅਸੀਂ ਕਦੀ ਵੀ ਮਿਸਗਾਈਡ ਨਹੀਂ ਕਰਦੇ ਕਿਸੇ ਨੂੰ। ਤੁਸੀਂ ਸਾਡੇ ਕੋਲ ਆਓ, ਜੀ ਸਦ ਕੇ ਆਓ, ਡਾਕੂਮੈਂਟਸ ਲੈ ਕੇ ਆਓ, ਵਟਸਐਪ 'ਤੇ ਭੇਜੋ, ਸਾਡੀ ਟੀਮ ਉਸਨੂੰ ਐਨਾਲਾਈਜ਼ ਕਰੇਗੀ, ਮੈਂ ਖੁਦ ਐਨਾਲਾਈਜ਼ ਕਰਦਾ ਡਾਕੂਮੈਂਟਸ ਨੂੰ, ਉਸ ਤੋਂ ਬਾਅਦ ਅਸੀਂ ਤੁਹਾਨੂੰ ਪੋਸੀਬਲ ਆਪਸ਼ਨਸ ਦੱਸਦੇ ਹਾਂ ਤੁਹਾਡੇ ਜਿੱਥੇ ਭਵਿੱਖ ਬਣ ਸਕਦਾ ਹੈ। ਵੀ ਵਿਲ ਨੈਵਰ ਗਿਵ ਯੂ ਰੋਂਗ ਐਡਵਾਈਸ। ਇਹ ਮੈਂ ਜ਼ਰੂਰ ਦੱਸਣਾ ਚਾਹੂੰਗਾ, ਅਗਰ ਤੁਸੀਂ ਡਾਕੂਮੈਂਟ ਚੈੱਕ ਕਰਵਾਉਣਾ ਚਾਹੁੰਦੇ ਹੋ ਕਿ ਅਸੀਂ ਐਲੀਜੀਬਿਲਟੀ ਸਾਡੀ ਸਪੇਨ ਲਈ ਹੈਗੀ ਹੈ ਕਿ ਨਹੀਂ ਹੈਗੀ, ਤਾਂ ਕੋਈ ਤੁਹਾਡੇ ਚਾਰਜ ਨਹੀਂ ਲਿੱਤੇ ਜਾਂਦੇ, ਇਸ ਵਾਸਤੇ ਵੀ ਨਾ ਡਰੀਓ। ਤਾਂ ਜ਼ਰੂਰ ਮੈਂ ਕਹਿੰਦਾ ਇੱਕ ਵਾਰੀ ਮਿਲੋ ਇਹਨਾਂ ਨੂੰ ਆ ਕੇ, ਅਗਰ ਜ਼ਿਆਦਾ ਦੂਰ ਤੋਂ ਆਓ, ਨਹੀਂ ਆ ਸਕਦੇ ਜਗਰਾਓ, ਤਾਂ ਵਟਸਐਪ 'ਤੇ ਇਹਨਾਂ ਨਾਲ ਗੱਲ ਕਰ ਸਕਦੇ ਹੋ, ਉਹ ਤੁਹਾਨੂੰ ਬਿਲਕੁਲ ਅੱਛੇ ਤਰੀਕੇ ਨਾਲ ਗਾਈਡ ਕੀਤਾ ਜਾਊਗਾ। ਤਾਂ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਸਰ ਦਾ, ਇਹਨਾਂ ਨਾਲ ਤੁਸੀਂ ਕੰਸਰਨ ਕਰ ਸਕਦੇ ਹੋ, ਵਟਸਐਪ 'ਤੇ ਮੈਸੇਜ ਵੀ ਕਰ ਸਕਦੇ ਹੋ, ਜਗਰਾਓ ਤੁਸੀਂ ਇਹਨਾਂ ਕੋਲ ਆ ਵੀ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਰ, ਬਹੁਤ ਅੱਛਾ ਤੁਸੀਂ ਗਾਈਡ ਕੀਤਾ, ਜਿਹੜੇ ਬੱਚੇ ਬਾਹਰ ਜਾਂਦੇ ਸੁਪਨੇ ਵੀ ਦੇਖ ਰਹੇ ਨੇ ਔਰ ਉਹਨਾਂ ਕੋਲ ਬਜਟ ਵੀ ਘਟਨੇ ਜਾਂ IELTS ਉਹ ਨਹੀਂ ਕਰ ਪਾ ਰਹੇ ਨੇ, ਤਾਂ ਉਹਨਾਂ ਲਈ ਸਪੇਨ ਮੈਨੂੰ ਲੱਗਦਾ ਬੈਸਟ ਆਪਸ਼ਨ ਰਹੇਗਾ। ਬੈਸਟ ਆਪਸ਼ਨ ਹੈ ਜੀ, ਸਪੇਨ ਇਜ਼ ਦਾ ਬੈਸਟ ਆਪਸ਼ਨ ਫੋਰ ਦੋਜ਼। ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ, ਬਜਟ ਥੋੜ੍ਹਾ ਹੈ, IELTS ਨਹੀਂ ਹੈ, ਤਾਂ ਤੁਸੀਂ ਆਪਣਾ ਟਾਈਮ ਨਾ ਵੇਸਟ ਕਰੋ, ਜਨਵਰੀ ਸੈਸ਼ਨ, ਫੈਬਰਰੀ ਸੈਸ਼ਨ ਲਈ ਜਲਦੀ ਅਪਲਾਈ ਕਰੋ, ਬਿਕੋਜ਼ ਪ੍ਰੋਸੈਸਿੰਗ ਨੂੰ ਵੀ ਟਾਈਮ ਲੱਗਦਾ ਹੈ। ਦਿੱਤੇ ਗਏ ਨੰਬਰਾਂ 'ਤੇ ਤੁਸੀਂ ਸੰਪਰਕ ਕਰੋ, ਆਪਣੇ ਡਾਕੂਮੈਂਟਸ ਭੇਜੋ, ਸੋ ਦੈਟ ਵੀ ਕੈਨ ਅਸੈਸ ਐਂਡ ਵੀ ਵਿਲ ਗਿਵ ਯੂ ਦਾ ਪੋਟੈਂਸ਼ੀਅਲ ਆਪਸ਼ਨਸ ਕੀ ਆਪਸ਼ਨਸ ਅਵੇਲੇਬਲ ਹੈ। ਬਹੁਤ ਬਹੁਤ ਪਿਆਰ ਔਰ ਧੰਨਵਾਦ ਸਾਰਿਆਂ ਦਾ, ਵਿਸ਼ ਯੂ ਆਲ ਦੀ ਬੈਸਟ। ਥੈਂਕ ਯੂ ਸੋ ਮਚ ਸਰ।